ਤੇ ਮੇਰੇ ਹਸਬੈਂਡ ਨੂੰ ਬਹੁਤ ਟਾਈਮ ਤੋਂ ਵੈਰੀਕੋ ਵੇਨਸ ਦੀਆਂ ਪ੍ਰੋਬਲਮ ਸੀਗੀ, ਘੱਟ ਤੋਂ ਘੱਟ 10 ਸਾਲ ਦੀ। ਫਿਰ ਅਸੀਂ ਇੱਥੇ ਸਟਾਰ ਹਸਪੀਟਲ ਜਲੰਧਰ ਆ ਕੇ ਅਸੀਂ ਡਾਕਟਰ ਜਸਮੀਤ ਸਿੰਘ ਆਲੂਵਾਲੀਆ ਨੂੰ ਮਿਲੇ। ਉਹਨਾਂ ਨੇ ਸਾਨੂੰ ਦੱਸਿਆ ਕਿ ਇਸ ਦਾ ਆਪਰੇਸ਼ਨ ਅਸੀਂ ਲੇਜ਼ਰ ਨਾਲ ਬਹੁਤ ਅੱਛੀ ਤਰ੍ਹਾਂ ਕਰ ਸਕਦੇ ਹਾਂ। ਮੇਰਾ ਨਾਮ ਕਮਲਜੀਤ ਕੌਰ ਹੈ, ਮੈਂ ਜਸਵੀਰ ਸਿੰਘ ਦੀ ਵਾਈਫ ਹਾਂ। ਤੇ ਮੇਰੇ ਹਸਬੈਂਡ ਨੂੰ ਬਹੁਤ ਟਾਈਮ ਤੋਂ ਵੈਰੀਕੋ ਵੇਨਸ ਦੀਆਂ ਪ੍ਰੋਬਲਮ ਸੀਗੀ, ਘੱਟ ਤੋਂ ਘੱਟ 10 ਸਾਲ ਦੀ। ਤੇ ਇਹਨਾਂ ਨੂੰ ਬੈਠਣ ਦੇ ਵਿੱਚ ਜਿੱਦਾਂ ਕਿ ਇਹ ਚੌਂਕੜੀ ਮਾਰ ਕੇ ਬੈਠ ਨਹੀਂ ਸਕਦੇ ਸੀਗੇ, ਤੇ ਇਹਨਾਂ ਦੀ ਲੱਤ ਸੌਂ ਜਾਂਦੀ ਸੀਗੀ। ਤੇ ਫਿਰ ਸਾਨੂੰ ਇੱਕ ਨਵੇਂ ਸ਼ਹਿਰ ਤੋਂ ਸਾਡੇ ਡਾਕਟਰ ਹੈਗੇ ਆ, ਗੈਸਟਰੋ ਇੰਟਰੋਲੋਜਿਸਟ ਡਾਕਟਰ ਗਗਨਦੀਪ ਸਿੰਘ, ਉਹਨਾਂ ਨੇ ਸਾਨੂੰ ਸਟਾਰ ਹੋਸਪਿਟਲ ਦਾ ਰੈਫਰੈਂਸ ਦੱਸਿਆ। ਫਿਰ ਅਸੀਂ ਇੱਥੇ ਸਟਾਰ ਹੋਸਪਿਟਲ ਜਲੰਧਰ ਆ ਕੇ ਅਸੀਂ ਡਾਕਟਰ ਜਸਮੀਤ ਸਿੰਘ ਆਲੂਵਾਲੀਆ ਨੂੰ ਮਿਲੇ। ਤੇ ਉਹਨਾਂ ਨਾਲ ਸਾਡੀ, ਮੇਰੇ ਤੇ ਹਸਬੈਂਡ ਦੀ, ਦੋਨਾਂ ਨਾਲ ਗੱਲਬਾਤ ਹੋਈ। ਉਹਨਾਂ ਨੇ ਸਾਨੂੰ ਦੱਸਿਆ ਕਿ ਇਸ ਦਾ ਆਪਰੇਸ਼ਨ ਅਸੀਂ ਲੇਜ਼ਰ ਨਾਲ ਬਹੁਤ ਅੱਛੀ ਤਰ੍ਹਾਂ ਕਰ ਸਕਦੇ ਹਾਂ। ਫਿਰ ਇਹਨਾਂ ਦਾ, ਮੇਰੇ ਹਸਬੈਂਡ ਦਾ ਆਪਰੇਸ਼ਨ ਹੋਇਆ ਲੇਜ਼ਰ ਦੇ ਨਾਲ, ਤੇ ਉਸ ਤੋਂ ਬਾਅਦ ਇਹਨਾਂ ਨੂੰ ਚੱਲਣ ਫਿਰਨ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਈ। ਜੇ ਅੱਜ ਸਾਨੂੰ 8 ਦਿਨ ਹੋ ਗਏ ਆ ਆਪਰੇਸ਼ਨ ਕਰਾਏ ਨੂੰ, ਇਹ ਘਰ ਜਾ ਕੇ ਬਿਲਕੁਲ ਚੱਲਦੇ ਫਿਰਦੇ ਆ, ਬਹੁਤ ਵਧੀਆ। ਤੇ ਹੁਣ ਹਲੇ ਇਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਚੱਲਣ ਫਿਰਨ ਵਿੱਚ ਪ੍ਰੋਬਲਮ ਨਹੀਂ ਹੈਗੀ। ਹੋਰ ਜਿਨ੍ਹਾਂ ਨੂੰ ਵੀ ਵੈਰੀਕੋਸ ਵੇਨਸ ਦੀ ਪ੍ਰੋਬਲਮ ਹੈਗੀ ਆ, ਉਹ ਇੱਥੇ ਆ ਕੇ ਡਾਕਟਰ ਜਸਮੀਤ ਸਿੰਘ ਸਟਾਰ ਹੋਸਪਿਟਲ ਜਲੰਧਰ ਜ਼ਰੂਰ ਮਿਲਣ ਜੀ। ਧੰਨਵਾਦ।